हेलो अभी आ रहे हैं बेलग्रेड सिटी सेंटर न्यू ईयर की पार्टी पे जो कि मेरा तैयार हो गए थोड़ा इतने नेरा वा असं निकल रहे हैं अपार्टमेंट जो होम अपार्टमेंट ही है पूरा मतलब घर ही लिया है असं पूरी ऐश करी दी तो मैं चले जाना कल ना सॉरी परसों ते जोगी मेरे हुणा ने जाना वा दो दिन बाद आगे बाहर ठंड हैगी थोड़ी बहुत जाके तुरे जा रहे हैं कालिया ने रातां रातां च हनेरा सी खड़े हैं बस स्टैंड ते नेरा होया पिया ड्रावना यार किसे नू ड्रावना देखिया इतने बाद देखो भाई ये तो सब भूत बंगला आ देखो इतने कहने हैं ना भूत रहने आ कर दे तनु बस नहीं मिल रही है कि नवा साल मनाने जाना सी सेंटर जे बस से मिल नहीं रही देखते हैं अगे चल के इतों ही मिलनी है गूगल मैप कदे कदे दुखी कर दिंदा सॉरी नेरा ज़्यादा वा इतने चलो हम सही है ना बस ले लिया अभी बेलग्रेड सिटी सेंटर लई मुबारक सारिया भाई न्यारा है बगड़ा पा के ठीक है फुल न्यारे भरा मिल गए जाओ तो इधर तो लड़ी कहीं कितों कहती मैं क्या भी इंडिया तो हाँ करके रशिया तो ट्रैवल कर रहे हैं ना कहती गुड लक कहती मैं क्या स्टिल आई वर्क हार्ड देन आई ट्रैवल स्टिल इट्स नाउ फनी लाइफ एंजॉय द लाइफ
ਅਸੀਂ ਨਿਊ ਈਅਰ ਦੀ ਪਾਰਟੀ ਕਰਕੇ ਆ ਗਏ ਹਾਂ ਵਾਪਸ ਆਪਣੇ ਅਪਾਰਟਮੈਂਟ ਜਾ ਰਹੇ ਹਾਂ ਜੋ ਕਿ ਮੇਰੇ ਪਿੱਛੇ ਆ ਲਾਲੀ ਮੇਰਾ ਇਹ ਰਹੀ ਬਸ ਹਨੇਰਾ ਥੋੜ੍ਹਾ ਜ਼ਿਆਦਾ ਹੀ ਆ ਸੋ ਫੋਰਗਿਵ ਮੀ ਠੰਡ ਥੋੜ੍ਹੀ ਜਿਹੀ ਹੈਗੀ ਆ ਥੱਲੇ ਚੱਲਦੇ ਹਾਂ ਜਾ ਕੇ ਯਾਰ ਭੁੱਖ ਲੱਗੀ ਪਈ ਆ ਕੜੀ ਚੌਲ ਬਣਾਏ ਆ ਅਸੀਂ ਔਰ ਖਾਵਾਂਗੇ ਜਾ ਕੇ ਹੈਲੋ ਗੁੱਡ ਮੋਰਨਿੰਗ ਮੈਂ ਆਪਣੇ ਅਪਾਰਟਮੈਂਟ 'ਚੋਂ ਬਾਹਰ ਆ ਗਿਆ ਸੋਰੀ ਯਾਰ ਧੁੱਪ ਪੈ ਰਹੀ ਆ ਬਹੁਤ ਅਤੇ ਮੈਂ ਜਾ ਰਿਹਾ ਹੁਣ ਏਅਰਪੋਰਟ ਕੋਵਿਡ ਟੈਸਟ ਕਰਾਉਣ ਅਤੇ ਉਹਦੇ ਕਰਕੇ ਅੱਗੇ ਜਾ ਰਿਹਾ ਹੈਪੀ ਨਿਊ ਈਅਰ ਅਤੇ ਉੱਥੇ ਰਸਕੀ ਲਈ ਜਾਂਦਾ ਸੀਗਾ ਮਾਸਕ ਲਾ ਦੀਏ ਥੋੜ੍ਹਾ ਇੱਥੇ ਨਾ ਕੋਈ ਲਾਉਂਦਾ ਨਹੀਂ ਹੈਗਾ ਇੰਨਾ ਸਟਿਲ ਆਪਾਂ ਲਾ ਲਿਆ ਚੱਲਦੇ ਹਾਂ ਅੱਗੇ ਉੱਥੋਂ 16 ਨੰਬਰ ਬੱਸ ਲੈਣੀ ਆ ਮੈਂ ਜਾ ਰਿਹਾ ਕਰੇ ਇਕੱਲੇ ਅਰਾਊਂਡ ਇੱਥੋਂ ਪਊਗੀ ਥੋੜ੍ਹਾ ਮੈਂ ਜਾ ਰਿਹਾ ਹੁਣ ਸਿਟੀ ਸੈਂਟਰ ਅਤੇ ਅੱਗੇ ਜਾ ਕੇ ਮਿਲਦੇ ਹਾਂ ਹੈਲੋ ਰੌਣਕਾਂ ਲੱਗੀਆਂ ਪਈਆਂ ਨੇ ਨਵੇਂ ਸਾਲ ਦੀਆਂ ਬੈਲਗਰੇਡ 'ਚ ਅਤੇ ਮੈਂ ਜਾ ਰਿਹਾ ਕੋਵਿਡ ਟੈਸਟ ਕਰਾਉਣ ਨਾਲ ਮੇਰੇ ਹੈਗਾ ਲਾਓ ਅਤੇ ਇੱਥੋਂ ਲੈਂਦੇ ਹਾਂ ਬੱਸ ਸਿੱਧੀ 78 ਬੱਸ ਜਾਂਦੀ ਆ ਜੇ ਕਿਸੇ ਨੇ ਆਉਣਾ ਹੋਵੇ ਕਿਸੇ ਨੂੰ ਨਾ ਪਤਾ ਹੋਵੇ 78 ਬੱਸ ਸਿੱਧੀ ਜਾਂਦੀ ਆ ਨਿਕੋਲਾ ਟੈਸਲਾ ਏਅਰਪੋਰਟ 'ਤੇ ਇੱਧਰ ਅੱਜ ਤਾਂ ਇੱਧਰ ਪਾਰਕ 'ਚ ਵੀ ਬੜੀਆਂ ਰੌਣਕਾਂ ਲੱਗੀਆਂ ਨੇ ਨਵੇਂ ਸਾਲ ਕਰਕੇ ਚਲੋ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਖੈਰ ਵੀਡੀਓ ਪਤਾ ਨਹੀਂ ਸ਼ਾਇਦ ਮੈਂ ਕਦੋਂ ਅਪਲੋਡ ਕਰੂੰਗਾ ਸਟਿਲ ਏਅਰਪੋਰਟ ਆ ਗਏ ਹਾਂ ਖੜ੍ਹੇ ਹਾਂ ਬਸ ਤਾਂ ਇੱਕ ਆ ਖੜ੍ਹਾ ਛੋਟਾ ਜਿਹਾ ਜਹਾਜ਼ ਜਿਹਦੇ ਕਿਸੇ ਨੂੰ ਹੀ ਲੈ ਲੁ ਕੇ ਜਾਣਾ ਵੇ ਕਾਲੀ ਕਾਲੀ ਕਿਸੇ ਨੂੰ ਬੜੀ ਬੜੀ ਹੁੰਦੀ ਉਹ ਲੈ ਕੇ ਜਾ ਸਕਦਾ ਹੈ ਕਰਾਉਣ ਲੱਗਿਆ ਆਰਟੀਪੀਸੀ ਆ ਹੈਲੋ ਗੁੱਡ ਈਵਨਿੰਗ ਨਾਈਟ ਹੀ ਹੋ ਗਈ ਪਈ ਆ ਮੈਂ ਕੋਵਿਡ ਆਰਟੀਪੀਸੀਆਰ ਕਰਾਉਣ ਗਿਆ ਸੀਗਾ ਉਹ ਤਾਂ ਹੋ ਗਿਆ ਇੱਥੇ 9000 ਦਿਨਾਰ ਦਾ ਹੋਇਆ 9190 ਦਿਨਾਰ ਦਾ ਕੋਵਿਡ ਆਰਟੀਪੀਸੀਆਰ ਹੋਇਆ ਮੇਰੀ ਕੱਲ੍ਹ ਨੂੰ ਫਲਾਈਟ ਆ 3:45 'ਤੇ ਬੈਕ ਟੂ ਰਸ਼ੀਆ ਰਸਕੀ ਅਤੇ ਮੈਂ ਜਾ ਰਿਹਾ ਹੁਣ ਅਪਾਰਟਮੈਂਟ 'ਚ ਅੱਜ ਯਾਰ ਸ਼ੋਪ ਸਾਰੀਆਂ ਬੰਦ ਸੀ ਕੋਈ ਪ੍ਰਿੰਟ ਆਊਟਸ ਵਗੈਰਾ ਤੱਕ ਨਹੀਂ ਮਿਲਿਆ ਹੈਗਾ ਕਿਉਂ ਕਰਕੇ ਅੱਜ ਨਿਊ ਈਅਰ ਸੀਗਾ ਇਸ ਲਈ ਸਾਰੀਆਂ ਆਲਮੋਸਟ ਸ਼ੋਪਸ ਬੰਦ ਸੀ ਈਵਨ ਦਾ ਸੁਪਰ ਮਾਰਕੀਟ ਠੀਕ ਹੈ ਮੈਕਸੀ ਆ ਜਿਹੜਾ ਵੱਡਾ ਬ੍ਰਾਂਡ ਇੱਥੇ ਸੁਪਰ ਮਾਰਕੀਟ 'ਚ ਉਹ ਵੀ ਬੰਦ ਸੀਗਾ ਅਤੇ ਮੈਂ ਹੁਣ ਜਾ ਰਿਹਾ ਆਪਣੇ ਹੋਸਟਲ ਸੋਰੀ ਅਪਾਰਟਮੈਂਟ ਓਕੇ ਬਾਏ ਟਾਟਾ ਮਿਲਦੇ ਹਾਂ ਫਿਰ ਕੱਲ੍ਹ ਗੁੱਡ ਮੋਰਨਿੰਗ ਫਰੋਮ ਬਲਗੇਟ ਸੋ ਮੈਂ ਹੈਗਾ ਬੱਸ ਦਿਖਾਉਣਾ ਅਤੇ ਮੈਂ ਸਿਆਰਾ ਸਿਟੀ ਸੈਂਟਰ ਕੁਛ ਡਾਕੂਮੈਂਟ ਪ੍ਰਿੰਟ ਆਊਟ ਕਰਵਾਉਣੇ ਸੀ ਕਿਉਂ ਕਰਕੇ ਅੱਜ ਫਲਾਈਟ ਆ ਮੇਰੀ ਮੋਸਕੋ ਨੂੰ ਇੱਥੋਂ ਏਅਰਪੋਰਟ ਕਰਨੀ ਤਾਂ ਏਅਰ ਫਿਰ ਵੀ ਅਸੀਂ ਦੋ ਤਿੰਨ ਹਜ਼ਾਰ ਮਹਿੰਗੀ ਪੈ ਗਈ ਕਿਉਂ ਕਰਕੇ ਥੋੜ੍ਹੀ ਜਿਹੀ ਵੱਡੀ ਏਅਰਲਾਈਨ ਆ ਅਤੇ ਸਟਿਲ ਤਾਂ ਕਰਕੇ ਮੈਨੂੰ ਇਹਦੇ 'ਚ ਉਹ ਕੀਤਾ ਕਿ ਕਿਉਂਕਿ ਏਅਰਲਾਈਨ ਵੱਡੀ ਆ ਅਤੇ ਸੇਫ ਜੀ ਮੈਨੂੰ ਤੈਨੂੰ ਪਤਾ ਨਾ ਮੈਨੂੰ ਥੋੜ੍ਹਾ ਜਿਹਾ ਡਰ ਲੱਗਦਾ ਵਾ ਏਅਰਲਾਈਨ 'ਚ ਜਦੋਂ ਟੇਡਾ ਜਿਹਾ ਕਰ ਤਾਂ ਇਹ ਤਾਂ ਏਅਰ ਫਲੋਟ ਜਿੰਨਾ ਕੋਈ ਦਿੱਕਤ ਨਹੀਂ ਆਉਂਦਾ ਅਤੇ ਮੇਨ ਪ੍ਰੋਬਲਮ ਕੀ ਸੀਗੀ ਕਿ ਉਹਨਾਂ ਦੀ ਵੈਬਸਾਈਟ 'ਤੇ ਨਾ ਗਲਿਚ ਸੀਗਾ ਕੋਈ ਪਤਾ ਨਹੀਂ ਵਧੀਆ ਨਹੀਂ ਸੀ ਵੈਬਸਾਈਟ ਮੈਂ ਕਾਲ ਕੀਤਾ 10 ਵਾਰ ਹੀ 10 ਮਿੰਟ ਤੱਕ ਹੋਲਡ 'ਤੇ ਲਾ ਕੇ ਰੱਖਿਆ ਏਅਰ ਸਰਵੀਆਂ ਨੇ ਕਾਲ ਹੀ ਨਹੀਂ ਪਿੱਕ ਕਰਦੇ ਹੈਗੇ ਅਤੇ ਦੈਨ ਫਿਰ ਮੈਂ ਆਪ ਏਅਰ ਫਲੋਟ ਹੀ ਗੱਲ ਹੀ ਠੀਕ ਹੈ ਫਿਰ ਮੈਂ ਕਿਹਾ ਚੱਲ ਏਅਰ ਫਲੋਟ ਫੇਕ
ਹੀ ਕਰ ਲੈਂਦੇ ਆ ਫਿਰ ਉਹ ਤਾਂ ਘੁੰਮ ਘੁੰਮਾ ਕੇ ਖੁਦ ਦੀ ਫੋਟੋ ਥੱਲੇ ਆਉਣ ਵਾਲੀ ਗੱਲ ਹੋ ਗਈ ਕਿ ਸਸਤੀ ਪੈ ਹੀ ਗਈ।